ਹੁਣ ਮੈਂ ਬੇਨਤੀ ਕਰਾਂਗਾ ਸਿੱਖ ਪੰਥ ਦੀ ਬਹੁਤ ਹੀ ਸਤਿਕਾਰ ਸ਼ਖਸੀਅਤ ਭਾਰਤ ਦੇ ਸਭ ਤੋਂ ਵੱਡੇ ਬਜ਼ੁਰਗਵਾਰ ਰਾਜਸੀ ਆਗੂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਬੇਨਤੀ ਕਰਾਂਗਾ ਕਿ ਉਹ ਸੰਗਤਾਂ ਦੇ ਨਾਲ ਆਣ ਕੇ ਇਸ ਸ਼ੁਭ ਅਵਸਰ ਤੇ ਵਧਾਈ ਦੇਣ। ਉਹਨਾਂ ਦੀ ਆਮਦ ਦੀ ਖੁਸ਼ੀ ਵਿੱਚ ਇੱਕ ਜਕਾਰਾ ਬੋਲੇ ਸੋਨਿਆਲ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਹਰ ਦਿਲ ਅਜ਼ੀਜ਼ ਗਵਰਨਰ ਹਿਜ਼ ਐਕਸਲੈਂਸੀ ਵੀ ਪੀ ਸਿੰਘ ਜੀ, ਸਾਡੇ ਸੂਬੇ ਦੇ ਚੀਫ ਮਿਨਿਸਟਰ ਸਰਦਾਰ ਅਮਰਿੰਦਰ ਸਿੰਘ ਜੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਸਾਹਿਬ, ਸਾਡੇ ਪਾਰਟੀਆਂ ਦੇ ਪ੍ਰੈਜ਼ੀਡੈਂਟ ਤੇ ਸੈਂਟਰਲ ਕੈਬਨਿਟ ਦੇ ਮੰਤਰੀ ਸਾਹਿਬਾਨ, ਇਲਕ ਹਲਕੇ ਦੇ ਐਮ ਪੀ ਸਾਹਿਬ ਤੇ ਦੂਰ ਦਰਾਜ ਤੋਂ ਆਏ ਮੇਰੇ ਸਾਹਮਣੇ ਬਿਰਾਜਮਾਨ ਗੁਰੂ ਰੂਪ ਸਾਧ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਾ ਵੱਡਾ ਦਿਨ ਹੋਵੇ ਤੇ ਦੇਸ਼ ਦਾ ਪ੍ਰਧਾਨ ਮੰਤਰੀ ਆਇਆ ਹੋਵੇ ਤੇ ਆਵਾਜ਼ ਤੁਹਾਡੀ ਕੋਈ ਪਾਲਾ ਵੀ ਐਡਾ ਹੈ ਨੀ, ਜਕਾਰਾ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਬੜਾ ਇਤਿਹਾਸਕ ਹੈ, ਬੜਾ ਪਵਿੱਤਰ ਹੈ। ਅੱਜ ਸਾਰੇ ਸੰਸਾਰ ਵਿੱਚ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਨਾਲ, ਬੜੇ ਸਤਿਕਾਰ ਨਾਲ, ਬੜੇ ਜੋਸ਼ ਨਾਲ ਸਾਰਾ ਸੰਸਾਰ ਮਨਾ ਰਿਹਾ। ਔਰ ਅੱਜ ਉਹਦੇ ਨਾਲ ਇੱਕ ਵੱਡੀ ਖੁਸ਼ੀ ਹੋਰ ਹੋ ਗਈ ਹੈ ਕਿ ਜੋ 72 ਸਾਲਾਂ ਤੋਂ ਆਪਾਂ ਅਰਦਾਸ ਕਰਦੇ ਸਾਂ ਕਿ ਸੱਚੇ ਪਾਤਸ਼ਾਹ ਜਿਹੜੇ ਗੁਰਦੁਆਰਾ ਸਾਹਿਬਾਨ ਧਾਰਮਿਕ ਸਥਾਨ ਸਾਥੋਂ ਵਿਛੜ ਗਏ ਹਨ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਅੱਜ ਉਹ ਸਾਡੇ ਪ੍ਰਧਾਨ ਮੰਤਰੀ ਜੀ ਦੀ ਮਿਹਰਬਾਨੀ ਨਾਲ ਤੇ ਅਕਾਲ ਪੁਰਖ ਦੀ ਮਿਹਰਬਾਨੀ ਨਾਲ ਉਹ ਸਾਡੀ ਅਰਦਾਸ ਜਿਹੜੀ ਹੈ ਉਹ ਪੂਰੀ ਹੋਈ ਹੈ। ਮੋਦੀ ਜੀ, ਇਸ ਸਮੇਂ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਸਾਡੀ ਇੱਕ ਲੀਡਰ ਸਨ, ਹੁਣ ਨਹੀਂ ਰਹੇ ਵਿਚਾਰੇ, ਸਰਦਾਰ ਕੁਲਦੀਪ ਸਿੰਘ ਵਡਾਲਾ, ਉਹ ਮਿਸ਼ਨ ਦੇ ਤੌਰ ਤੇ 18 ਸਾਲ ਹਰ ਮਹੀਨੇ
ਇੱਥੇ ਆ ਕੇ ਆਉਂਦੇ ਹੁੰਦੇ ਸਨ ਤੇ ਅਰਦਾਸ ਕਰਦੇ ਹੁੰਦੇ ਸਨ ਇਸ ਮੰਤਵ ਲਈ ਜੋ ਅੱਜ ਇਹ ਹੱਲ ਹੋਇਆ ਹੈ। ਜੇ ਅੱਜ ਉਹ ਜ਼ਿੰਦਾ ਹੁੰਦੇ ਕਿੰਨਾ ਖੁਸ਼ੀ ਹੁੰਦੀ ਹੈ। ਜਿੱਥੇ ਅੱਜ ਇਹ ਰਸਤਾ ਖੁੱਲੂਗਾ ਉੱਥੇ ਆਪਾਂ ਨੂੰ ਮੌਕਾ ਮਿਲਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੋ ਉਪਦੇਸ਼ ਹਨ, ਜੋ ਉਹਨਾਂ ਦੇ ਸੰਦੇਸ਼ ਹਨ, ਉਹ ਆਪਾਂ ਘਰ ਘਰ ਪਹੁੰਚਾਈਏ। ਭੁੱਲ ਜਾਂਦੇ ਹਾਂ ਆਪਾਂ ਜੋ ਕੁਛ ਆਪਾਂ ਨੂੰ ਗੁਰੂਆਂ ਨੇ ਕਿਹਾ, ਪੀਰਾਂ ਪੈਗੰਬਰਾਂ ਨੇ ਕਿਹਾ, ਖੁਦਾ ਨੇ ਕਿਹਾ, ਦੇਵਤਿਆਂ ਨੇ ਕਿਹਾ। ਇਸੇ ਕਰਕੇ ਅੱਜ ਸੁਸਾਇਟੀ ਵਿੱਚ ਕਮਜ਼ੋਰੀਆਂ ਆ ਰਹੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਪ੍ਰਗਟ ਹੋਏ ਉਸ ਤੋਂ ਪਹਿਲਾਂ ਧੁੰਦ ਸੀ। ਸ੍ਰੀ ਗੁਰੂ ਨਾਨਕ ਪ੍ਰਗਟ ਹੋਏ ਮਿੱਟੀ ਧੁੰਦ ਜਗ ਚਾਨਣ ਹੋਇਆ। ਧੁੰਦ ਕਿਹੜੀ ਗੱਲ ਦੀ ਸੀ? ਇੱਕ ਤਾਂ ਉਸ ਵੇਲੇ ਦੀ ਸਰਕਾਰ ਵੱਲੋਂ ਬੜਾ ਜ਼ਬਰ ਹੋ ਰਿਹਾ ਸੀ, ਬੜਾ ਜ਼ੁਲਮ ਹੋ ਰਿਹਾ ਸੀ, ਅਤਿਆਚਾਰ ਹੋ ਰਿਹਾ ਸੀ, ਬੇਇਨਸਾਫੀ ਹੋ ਰਹੀ ਸੀ। ਤੇ ਸ੍ਰੀ ਉਦੋਂ ਕੋਈ ਇੱਕ ਸਰਕਾਰ ਦੇ ਖਿਲਾਫ ਆਵਾਜ਼ ਨਹੀਂ ਉਠਾ ਸਕਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ, ਰਾਜੇ ਸ਼ੀ ਮੁਕੱਦਮ ਕੁੱਤੇ ਜਾਇਜ ਗਾਇਨ ਬੈਠੇ ਸੁੱਤੇ। ਔਰ ਪਰਮਾਤਮਾ ਵਾਹਿਗੁਰੂ ਨੂੰ ਵੀ ਕਿਹਾ ਕਿ ਇਹਤੀ ਮਾਰ ਪਈ ਕੁਰਲਾਨੇ ਤੈਵੀਂ ਤਰਸ ਨਾ ਆਇਆ, ਵੀ ਰਵਾ ਤੈਨੂੰ ਵੀ ਤਰਸ ਨਹੀਂ ਆਇਆ, ਇੰਨਾ ਜ਼ੁਲਮ ਹੋ ਰਿਹਾ। ਔਰ ਉਹਨਾਂ ਨੇ ਬਾਬਰ ਦੀ ਕਾਲ ਕੋਠੜੀਆਂ ਚ ਉਹਨਾਂ ਦੀ ਜੇਲ੍ਹ ਵਿੱਚ ਰਹੇ, ਉਹਨਾਂ ਨੇ ਜੋ ਰਾਹ ਸਿੱਧੇ ਪਾਉਣ ਵਾਸਤੇ ਲੋਕਾਂ ਤੱਕ ਆਪਣੀ ਗੱਲ ਪਹੁੰਚਾਈ ਉਹਦੇ ਦੋ ਕਿਸਮ ਦੀਆਂ ਗੱਲਾਂ ਹਨ। ਇੱਕ ਹੈ ਜ਼ਾਤੀ ਪਰਸਨਲ, ਇੱਕ ਹੈ ਸੋਸ਼ਲ ਸੁਸਾਇਟੀ ਦੀ। ਜਿਹੜੀ ਪਰਸਨਲ ਗੱਲ ਹੈ ਉਹਦੇ ਚ ਮੇਨ ਗੱਲ ਇਹ ਹੈ ਕਿ ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਆਪਣੀ ਸਾਰੀ ਬਾਣੀ ਵਿੱਚ ਜ਼ਿਆਦਾ ਜ਼ੋਰ ਇਸੇ ਗੱਲ ਦਾ ਹੈ ਕਿ ਸਾਨੂੰ ਨਾਮ ਜਪਣਾ ਚਾਹੀਦਾ। ਪਰ ਦੇਖੋ ਆਪਾਂ ਕਿੰਨੇ ਕੁ ਨਾਮ ਜਪਦੇ ਹਾਂ, ਇਹ ਹੁਣ ਤੁਹਾਨੂੰ ਵੀ ਪਤਾ ਹੈ ਤੇ ਮੈਨੂੰ ਵੀ ਪਤਾ ਹੈ। ਦੂਸਰਾ, ਉਹਨਾਂ ਨੇ ਇਹ ਕਿਹਾ ਕਿ ਜ਼ੁਲਮ ਦੇ ਖਿਲਾਫ ਲੜਨਾ ਹੈ। ਔਰ ਉਹਨਾਂ ਦਾ ਵੱਡਾ ਸੰਦੇਸ਼ ਸੀ ਕਿ ਸਾਰੇ ਧਰਮ ਇੱਕ ਹਨ, ਇੱਕ ਪਰਮਾਤਮਾ ਦੀ ਔਲਾਦ ਹਨ। ਇਸ ਕਰਕੇ ਧਾਰਮਿਕ ਏਕਤਾ, ਧਾਰਮਿਕ ਜੋ ਪਿਆਰ ਹੈ ਉਹ ਬਣਾ ਕੇ ਰੱਖਣਾ ਚਾਹੀਦਾ ਹੈ। ਏਕ ਪਿਤਾ ਏਕ ਇਸਕੇ ਹਮ ਬਾਰਕ, ਕੋਈ ਦੂਜਾ ਨਹੀਂ। ਫਿਰ ਉਹਨਾਂ ਨੇ ਕਿਹਾ ਕਿ ਨਿਮਰਤਾ ਹੋਣੀ ਚਾਹੀਦੀ ਹੈ, ਬੰਦੇ ਨੂੰ ਨਿਮਰਤਾ ਵੱਲ ਧਿਆਨ ਦੇਣਾ ਚਾਹੀਦਾ ਹੈ। ਔਰ ਆਪ ਦੇਖੋ ਇੰਨੀ ਨਿਮਰਤਾ, ਉਹਨਾਂ ਨੇ ਫਰਮਾਇਆ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ,
ਨਾਨਕ ਤਿੰਨ ਕੇ ਸੰਗ ਸਾਧ ਵੱਡਿਆਂ ਸੋ ਕਰੀ। ਗਰੀਬ ਦਾ ਉਹਨੇ ਪੱਲੜਾ ਫੜਿਆ ਔਰ ਇੱਥੋਂ ਤੱਕ ਮਲਕ ਭਾਬਗੋ ਦਾ ਖਾਣਾ ਠਕਰਾ ਕੇ ਗਰੀਬ ਲਾਲੋ ਦੇ ਜਾ ਕੇ ਪ੍ਰਸ਼ਾਦੇ ਛਕੇ, ਕਿਉਂਕਿ ਉਹ ਦੁਨੀਆਂ ਵਿੱਚ ਇਹ ਦੱਸਣਾ ਚਾਹੁੰਦੇ ਸਨ ਕਿ ਦੇਸ਼ ਦਾ ਭਲਾ ਤਾਂ ਹੀ ਹੋ ਸਕਦਾ ਹੈ ਜੇ ਗੁਰੂ ਦੀ ਗੌਲਕ ਜਿਹੜੀ ਹੈ ਗਰੀਬ ਦੇ ਮੂੰਹ 'ਚ ਪਏ। ਔਰਤ ਦਾ ਉਸ ਵੇਲੇ ਸਨਮਾਨ ਨਹੀਂ ਸੀ, ਲੇਕਿਨ ਉਹਨਾਂ ਨੇ ਕਿਹਾ ਸੋ ਕੋ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਔਰ ਔਰਤ ਨੂੰ ਬਰਾਬਰ ਦਾ ਉਹਨਾਂ ਨੇ ਦਰਜਾ ਦਿੱਤਾ। ਹੋਰ ਇਸ ਤਰ੍ਹਾਂ ਆਪਾਂ ਨੂੰ ਬਹੁਤ ਕੁਛ ਹੋਰ ਕਰਨ ਦਾ ਉਹਨਾਂ ਨੇ ਹੁਕਮ ਫਰਮਾਇਆ ਹੈ। ਟਾਈਮ ਨਹੀਂ ਉਹਨਾਂ ਦੀ ਸਾਰੀ ਫਿਲਾਸਫੀ, ਉਹਨਾਂ ਦੇ ਸਾਰੇ ਉਪਦੇਸ਼ ਦੱਸੇ ਜਾਣ। ਇੱਥੋਂ ਤੱਕ ਸੀ ਕਿ ਮੁਸਲਮਾਨ ਤੇ ਹਿੰਦੂ ਹੁੰਦੇ ਸਨ ਉਦੋਂ, ਤੇ ਉਦੋਂ ਨਾਨਕ ਸ਼ਾਹ ਫਕੀਰ ਮੁਸਲਮਾਨ ਦਾ ਪੀਰ ਤੇ ਹਿੰਦੂ ਦਾ ਦੇਵ ਗੁਰੂ ਤੇ ਮੁਸਲਮਾਨ ਦਾ ਪੀਰ, ਇੰਨਾ ਸਾਰੇ ਧਰਮਾਂ ਦਾ ਉਹਨਾਂ ਪ੍ਰਤੀ ਸ਼ਰਧਾ ਸੀ। ਇਸ ਕਰਕੇ ਅੱਜ ਵੀ ਲੋੜ ਹੈ ਕਿ ਆਪਣੇ ਧਰਮਾਂ ਵਿੱਚ ਵੀ ਥੋੜੀ ਥੋੜੀਆਂ ਲਕੀਰਾਂ ਪੈ ਜਾਂਦੀਆਂ, ਇਹ ਨਹੀਂ ਪੈਣ ਦੇਣੀਆਂ ਚਾਹੀਦੀਆਂ। ਔਰ ਖਾਸ ਕਰਕੇ ਮੈਨੂੰ ਇਹ ਵਿਸ਼ਵਾਸ ਹੈ ਕਿ ਸਾਡੇ ਦੇਸ਼ ਨੂੰ ਇਹੋ ਜਿਹਾ ਪ੍ਰਧਾਨ ਮੰਤਰੀ ਮਿਲਿਆ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦੱਸੇ ਹੋਏ ਰਸਤਿਆਂ ਤੇ ਚੱਲਣ ਦਾ ਯਤਨ ਕਰਦੇ ਨੇ, ਤੇ ਮੈਂ ਉਹਨਾਂ ਦਾ ਇਸ ਗੱਲ ਦਾ ਵੀ ਧੰਨਵਾਦੀ ਹਾਂ ਕਿ ਪੰਜਾਬ ਨਾਲ ਉਹਨਾਂ ਨਾਲ ਬੜਾ ਲਗਾਓ ਹੈ। ਇੱਥੇ ਪ੍ਰਭਾਰੀ ਵੀ ਰਹੇ ਆਪਣੇ ਇਸ ਪੰਜਾਬ ਦੇ ਆਪਣੀ ਪਾਰਟੀ ਵੱਲੋਂ, ਔਰ ਕਦੇ ਵੀ ਜਾ ਕੇ ਪੰਜਾਬ ਦਾ ਕੋਈ ਮਸਲਾ ਭਾਵੇਂ ਧਾਰਮਿਕ ਹੈ, ਭਾਵੇਂ ਆਰਥਿਕ ਹੈ, ਭਾਵੇਂ ਸਿਆਸੀ ਹੈ, ਇਹਨਾਂ ਕੋਲੇ ਰੱਖੀਦਾ ਹੈ, ਇਹ ਉਸ ਤੇ ਗੰਭੀਰਤਾ ਨਾਲ ਵਿਚਾਰ ਕਰਕੇ ਉਹਦਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਦੇ। ਇਸ ਕਰਕੇ ਪ੍ਰਧਾਨ ਮੰਤਰੀ ਜੀ, ਇਹ ਪੰਜਾਬ ਜਿਹੜਾ ਹੈ ਇਹਨੇ ਬੜੀਆਂ ਸੱਟਾਂ ਖਾਧੀਆਂ, ਬੜੇ ਬੜੇ ਐਸ ਜ਼ਿਲ੍ਹਿਆਂ 'ਚ ਘੱਲੂਘਾਰੇ ਹੋਏ ਹੈ ਜਿੱਥੇ 35-35 ਹਜ਼ਾਰ ਬੱਚਿਆਂ ਨੂੰ, ਜਵਾਨਾਂ ਨੂੰ, ਬੁੜਿਆਂ ਨੂੰ ਇੱਕ ਦਿਨ ਵਿੱਚ ਸ਼ਹੀਦ ਕੀਤਾ, ਤੇ ਜੋ ਪਾਰਟੀਸ਼ਨ ਵੇਲੇ ਹੋਇਆ ਉਦੋਂ ਗੱਡੀਆਂ ਭਰੀਆਂ ਪੰਜਾਬੀਆਂ ਦੀਆਂ ਉਧਰੋਂ ਆਈਆਂ, ਮਰਿਆ ਲਾਸ਼ਾਂ ਮੈਂ ਵੇਖੀਆਂ, ਪਰ ਉਹਨਾਂ ਨੇ ਕਦੇ ਮੱਥੇ ਵੱਟ ਨਹੀਂ ਪਾਇਆ ਕਿ ਚਲੋ ਸਾਡਾ ਤਾਂ ਨੁਕਸਾਨ ਹੋਇਆ, ਦੇਸ਼ ਤਾਂ ਆਜ਼ਾਦ ਹੋ ਗਿਆ। ਇਸ ਕਰਕੇ ਪੰਜਾਬ ਵੱਲ ਕੋਈ ਠੰਡੀ ਨਿਗਾਹ ਜਿੰਨੀ ਵੀ ਰੱਖ ਸਕੋ ਉਹ ਰੱਖੋ, ਤਾਂ ਕਿ ਪੰਜਾਬ ਤੁਹਾਡੇ ਹੱਥੋਂ, ਖਾਸ ਕਰਕੇ ਸਾਡੀ ਕਿਸਾਨੀ ਜੋ ਬਹੁਤ ਇਸ ਸਾਲ ਨੁਕਸਾਨ ਹੋਇਆ, ਕੀਮਤਾਂ ਵੀ ਘੱਟ ਤੇ ਝਾੜ ਵੀ ਘੱਟ, ਇਹ ਜਿਹੀਆਂ ਗੱਲਾਂ 'ਚ ਮੈਂ ਕਰਨਾ ਨਹੀਂ ਚਾਹੁੰਦਾ ਸਾਂ, ਲੇਕਿਨ ਫਿਰ ਕਈ ਵਾਰੀ ਜਵਾਨ 'ਤੇ ਗੱਲ ਆ ਜਾਏ ਤਾਂ ਜਿਵੇਂ ਆ ਦੇ ਹੁੰਦੇ ਦਿਲ ਕੀ ਬਾਤ, ਫਿਰ ਰਹਿ ਵੀ ਨਹੀਂ ਜਾਂਦੀ, ਇਹ ਵੀ ਕਰਨੀ ਪੈ ਜਾਂਦੀ ਹੈ। ਔਰ ਸਾਡੇ ਚੀਫ ਮਿਨਿਸਟਰ ਸਾਹਿਬ ਵੀ ਬੈਠੇ ਹੈ, ਪ੍ਰਧਾਨ ਮੰਤਰੀ ਸਾਹਿਬ ਵੀ ਬੈਠੇ ਹੈ, ਇਸ ਜਗ੍ਹਾ ਨੂੰ ਜਿੰਨੀਆਂ ਸੜਕਾਂ ਆਉਂਦੀਆਂ ਹੈ, ਮੈਂ ਵੱਡੀ ਗੱਲ ਨਹੀਂ ਕਰਦਾ, ਉਹ ਸਾਰੀਆਂ ਜੋ ਦੇਸ਼ ਦੇ ਇਖਤਿਆਰ ਵਿੱਚ ਹਨ ਜਾਂ ਸੂਬੇ ਦੇ ਇਖਤਿਆਰ ਵਿੱਚ ਹਨ, ਉਹ ਵਧੀਆ ਬਣਾ ਦਿਓ, ਕਿਉਂਕਿ ਇਹ ਜਗ੍ਹਾ
एक दुनिया की सब तो वड्डी रिलीजियस टूरिज्म का सेंटर बन जाना है। दुनिया का कोई दुनिया का कोई भी गुरु नानक नाम लेवा यह जानी जिहड़ा अपना परिवार नू लैके इत्थे दर्शन करना आवे, और कल्ला गुरु नानक नाम लेवा नहीं, दूजे जिहड़े सही सोच रखण वाले लोग हन वह भी इत्थे दर्शन करन जाणगे। इस करके मैं प्रधानमंत्री दीआं मसरूफियां नू वेख के सारिआं संगतां दा ते जिहड़े गैसट अपने आए हन, मिनिस्टर साहबान हैं, पार्टियां दे प्रधान हैं, इन्हां दा दिल दीआं गहराइयां तों धन्नवाद करदा। वाहिगुरू जी का खालसा, वाहिगुरू जी की फतह।